ਉਹ ਲੜਕੇ ਨੇ ਜਿਹੜੀ ਆਪਣੀ ਮਾਤਾ ਦਾ ਜਿਹੜਾ ਕਤਲ ਕਰਤਾ ਯਾਨੀ ਕਿ ਕਈ ਲੈ ਕੇ ਉਹਦੇ ਉੱਤੇ ਦੋ ਤਿੰਨ ਜਿਹੜੇ ਵਾਰ ਕੀਤੇ ਉਹਨੇ। ਸਵੇਰੇ ਚੁੱਲ੍ਹਾ ਚੌਂਕੇ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਇਹਦਾ ਹੀ ਇੱਕ ਲੜਕਾ ਅਤੇ ਕਈ ਦੇ ਵਾਰ ਕਰਕੇ ਬਹੁਤ ਡੂੰਘੇ ਵਾਰ ਕਰਕੇ ਇਹਨੂੰ ਮੌਤ ਦੇ ਘਾਟ ਉਤਾਰ ਦਿੱਤੇ। ਕੁਛ ਸਮਾਂ ਪਹਿਲਾਂ ਬਾਹਰਲੇ ਦੇਸ਼ ਦੇ ਵਿੱਚ ਭੇਜਿਆ ਸੀ ਪਰਿਵਾਰ ਨੇ ਅਤੇ ਵੀ ਜਮੂਨ ਜਿਹੜੀ ਆਪਦੇ ਗਹਿਣੇ ਰੱਖ ਕੇ ਉੱਥੋਂ ਇਹ ਵਾਪਸ ਆ ਗਿਆ ਪਿਛਲੀ 22 ਤਰੀਕ ਨੂੰ ਲਗਭਗ ਇੱਕ ਮਹੀਨਾ ਪਹਿਲਾਂ ਵਾਪਸ ਆਇਆ ਅਤੇ ਮੇਨ ਕਾਰਨ ਮੈਂ ਸਮਝਦਾ ਵੀ ਸ਼ਾਇਦ ਉਹਦੇ ਦਿਮਾਗ ਦੇ ਉੱਤੇ ਇਸੇ ਚੀਜ਼ ਦਾ ਹੀ ਲੋਡ ਸੀਗਾ ਵੀ ਮੈਂ ਆਪਦਾ ਜਿਹੜਾ ਜ਼ਮੀਨ ਜਾਇਦਾਦ ਜਿਹੜੀ ਵੇਚ ਕੇ ਬਾਹਰ ਗਿਆ ਪਰ ਉੱਥੇ ਵੀ ਜਿਹੜੇ ਉਹਦੇ ਪੈਰ ਨਹੀਂ ਲੱਗ ਸਕੇ ਇਸੇ ਚੀਜ਼ ਦੀ ਜਿਹੜੀ ਉਹ ਟੈਨਸ਼ਨ ਰੱਖਦਾ ਸੀ। ਛੋਟਾ ਜਿਹਾ ਪਰਿਵਾਰ ਆ ਜੀ, ਦੋ ਭਰਾ ਨੇ ਉਹ ਅਤੇ ਇੱਕ ਉਹਨਾਂ ਦੀ ਇਹ ਮਾਤਾ ਸੀ ਜਿਹਦੀ ਡੈੱਥ ਹੋ ਚੁੱਕੀ ਆ ਅਤੇ ਦੋਨੇ ਹੀ ਜਿਹੜੇ ਭਰਾ ਉਹ ਅਨਮੈਰਿਡ। ਇਹ ਛੋਟਾ ਬੇਟਾ ਸੀਗਾ ਜੀ, ਵੱਡਾ ਉਹਨਾਂ ਦਾ ਬੇਟਾ ਵਰਿੰਦਰ ਸਿੰਘ ਜਿਹੜਾ ਕਬੱਡੀ ਦਾ ਖਿਡਾਰੀ। ਜਿਹੜਾ ਜੀ ਪਿੰਡ ਕਤਲ ਹੋਇਆ ਜੀ, ਸੁਬਾਹ ਲਗਭਗ ਇਹ ਤਕਰੀਬਨ 8 ਵਜੇ ਦੀ ਗੱਲ ਆ ਜਦੋਂ ਮੈਨੂੰ ਕਾਲ ਆਈ ਆ ਉੱਥੋਂ ਵੀ ਇੱਦਾਂ ਕਰਕੇ ਵੀ ਜਿਹੜਾ ਵੀ ਆਹ ਘਟਨਾ ਹੋ ਗਈ ਆ। ਮੌਕੇ 'ਤੇ ਅਸੀਂ ਉੱਥੇ ਪਹੁੰਚੇ ਹਾਂ, ਪਹੁੰਚ ਕੇ ਅਸੀਂ ਦੇਖਿਆ ਤਾਂ ਉਹ ਲੜਕੇ ਨੇ ਜਿਹੜੀ ਆਪਣੀ ਮਾਤਾ ਦਾ ਜਿਹੜਾ ਕਤਲ ਕਰਤਾ ਯਾਨੀ ਕਿ ਕਈ ਲੈ ਕੇ ਉਹਦੇ ਉੱਤੇ ਦੋ ਤਿੰਨ ਜਿਹੜੇ ਵਾਰ ਕੀਤੇ ਉਹਨੇ। ਮੌਤ ਦਾ ਕਾਰਨ ਕਿਆ ਕੋਈ ਸਾਹਮਣੇ ਆਇਆ ਕੁਛ? ਕਾਰਨ ਤਾਂ ਜੀ ਇਹਦੇ ਦੇਖੋ ਉੱਥੋਂ ਵੇਖਣ ਤੋਂ ਮੌਕਾ ਵੇਖੇ ਤੋਂ ਹੀ ਪਤਾ ਲੱਗਦਾ ਕਿਉਂਕਿ ਇਸ ਪਰਿਵਾਰ ਦੇ ਨਾਲ ਅਸੀਂ ਕਾਫੀ ਨਿੱਜੀ ਤੌਰ 'ਤੇ ਵਰਤਦੇ ਸੀਗੇ, ਵਧੀਆ ਪਰਿਵਾਰ ਸੀ ਇਹ। ਇਹ ਲੜਕੇ ਦੇ ਜਿਹੜੇ ਫਾਦਰ ਸਾਹਿਬ ਦੀ ਤਾਂ ਕਾਫੀ ਸਮਾਂ ਪਹਿਲਾਂ ਡੈੱਥ ਹੋ ਗਈ ਸੀ ਅਤੇ ਜਿਹੜੀ ਮਾਤਾ ਜੀ ਉਹਨਾਂ ਦਾ ਲੁੱਕ ਆਫਟਰ ਜਿਹੜਾ ਸਾਰਾ ਪਰਿਵਾਰ ਦਾ ਕਰਦੀ ਸੀਗੀ ਉਹ, ਅਤੇ ਇਸ ਲੜਕੇ ਨੂੰ ਕੁਛ ਸਮਾਂ ਪਹਿਲਾਂ ਬਾਹਰਲੇ ਦੇਸ਼ ਦੇ ਵਿੱਚ ਭੇਜਿਆ ਸੀ ਪਰਿਵਾਰ ਨੇ ਅਤੇ ਵੀ ਜਮੂਨ ਜਿਹੜੀ ਆਪਦੇ ਗਹਿਣੇ ਰੱਖ ਕੇ ਅਤੇ ਉੱਥੇ ਇਹਦੇ ਪੱਕੇ ਹੋਣ ਦੇ ਜਿਹੜੇ ਚਾਂਸ ਨਹੀਂ ਬਣੇ ਜੀ। ਉੱਥੋਂ ਇਹ ਵਾਪਸ ਆ ਗਿਆ ਪਿਛਲੀ 22 ਤਰੀਕ ਨੂੰ ਲਗਭਗ ਇੱਕ ਮਹੀਨਾ ਪਹਿਲਾਂ ਵਾਪਸ ਆਇਆ ਅਤੇ ਮੇਨ ਕਾਰਨ ਮੈਂ ਸਮਝਦਾ ਵੀ ਸ਼ਾਇਦ ਉਹਦੇ ਦਿਮਾਗ ਦੇ ਉੱਤੇ ਇਸੇ ਚੀਜ਼ ਦਾ ਹੀ ਲੋਡ ਸੀਗਾ ਵੀ ਮੈਂ ਆਪਦਾ ਜਿਹੜਾ ਜ਼ਮੀਨ ਜਾਇਦਾਦ ਜਿਹੜੀ ਵੇਚ ਕੇ ਬਾਹਰ ਗਿਆ ਪਰ ਉੱਥੇ ਵੀ ਜਿਹੜੇ ਉਹਦੇ ਪੈਰ ਨਹੀਂ ਲੱਗ ਸਕੇ ਇਸੇ ਚੀਜ਼ ਦੀ ਜਿਹੜੀ ਉਹ ਟੈਨਸ਼ਨ ਰੱਖਦਾ ਸੀ। ਉਹਨੂੰ ਪਿਛਲੇ ਜਦੋਂ ਦਾ ਉਹ ਵਾਪਸ ਆਇਆ ਸੀ ਕਿਸੇ ਨਾਲ ਕੋਈ ਰਾਬਤਾ ਵੀ ਨਹੀਂ ਸੀਗਾ, ਉਹਦਾ ਘਰੇ ਹੀ ਅੰਦਰ ਹੀ ਬੈਠਾ ਰਹਿੰਦਾ ਸੀ, ਬਾਹਰ ਵੀ ਨਹੀਂ ਸੀ ਆਉਂਦਾ। ਸੋ ਲੱਗਦਾ ਵੀ ਇਹਦਾ ਕਾਰਨ ਇਹੀ ਹੋ ਸਕਦਾ ਵੀ ਉਹਦੇ ਦਿਮਾਗ ਦੀ ਟੈਨਸ਼ਨ ਜਿਹੜੀ ਦਿਮਾਗ ਦੇ ਉੱਤੇ ਬਣੀ ਹੋਈ ਸੀ। ਉਸ ਘਰ ਮੈਂ ਕੌਣ ਕੌਣ ਹੈ? ਛੋਟਾ ਜਿਹਾ ਪਰਿਵਾਰ ਆ ਜੀ, ਦੋ ਭਰਾ ਨੇ ਉਹ ਅਤੇ ਇੱਕ ਉਹਨਾਂ ਦੀ ਇਹ ਮਾਤਾ ਸੀ ਜਿਹਦੀ ਡੈੱਥ ਹੋ ਚੁੱਕੀ ਆ ਅਤੇ ਦੋਨੇ ਹੀ ਜਿਹੜੇ ਭਰਾ ਉਹ ਅਨਮੈਰਿਡ। ਇਹ ਘਰ 'ਚ ਵੱਡਾ ਸੀਗਾ ਇਹ ਜੀ? ਇਹ ਛੋਟਾ ਬੇਟਾ ਸੀਗਾ ਜੀ, ਵੱਡਾ ਉਹਨਾਂ ਦਾ ਬੇਟਾ ਵਰਿੰਦਰ ਸਿੰਘ ਜਿਹੜਾ ਕਬੱਡੀ ਦਾ ਖਿਡਾਰੀ ਅਤੇ ਛੋਟਾ ਜਿਹੜਾ ਇਹ ਆਪ ਸੀ ਮੁੰਡਾ ਸਤਵਿੰਦਰ। ਉਹ ਦੋਨੇ ਮੁੰਡੇ ਵਿਆਹੇ ਹੋਏ ਜਿਹੜੇ? ਨਹੀਂ ਜੀ, ਦੋਨੇ ਹੀ ਜਿਹੜੇ ਅਨਮੈਰਿਡ ਆ, ਕੁਆਰੇ ਆ ਦੋਨੇ ਹੀ। ਬਾਪੂ ਜੀ ਕੀ ਗੱਲ ਹੈ, ਇਹ ਕਿਵੇਂ ਜਿਹੜੀ ਹੈਗੀ ਹੈ ਇਹ ਮੌਤ ਹੋਈ ਹੈ, ਇਹ ਕਤਲ ਹੋਇਆ ਕਿਸ ਤਰ੍ਹਾਂ ਹੋਇਆ ਮਾਤਾ ਦਾ? ਲੜਾਈ ਬਾਹਰੋਂ ਆਇਆ ਸੀ, ਲੜਾਈ ਕਰਦੇ ਸੀ, ਕੋਈ ਨਸ਼ਾ ਨਸ਼ਾ ਕਰਦਾ ਸੀਗਾ, ਬਸ ਇਹਨਾਂ ਨੂੰ ਪਤਾ ਨਹੀਂ ਨਸ਼ਾ ਪੱਤਾ ਕਰਿਆ ਵੈਸੇ ਇਹਦਾ? ਪਤਾ ਨਹੀਂ ਇੰਨਾ ਕਰਨੀ ਨਸ਼ਾ ਪਤਾ ਨਹੀਂ। ਇਹ ਕਿੰਨੀ ਕੁ ਉਮਰ ਸੀ ਮਾਤਾ ਜੀ ਦੀ? ਮੇਰੀ 50 ਸਾਲ ਦੀ ਹੈ। ਅੱਛਾ ਅੱਛਾ। ਅੱਜ ਸਾਨੂੰ ਇਹ ਇਤਲਾਹ ਮਿਲੀ ਹੈ ਕਿ ਪਿੰਡ ਹਿੰਮਤਪੁਰਾ ਵਿਖੇ ਇੱਕ ਔਰਤ ਜਿਹਦਾ ਨਾਂ ਕਰਮਜੀਤ ਕੌਰ ਵਾਈਫ ਆਫ ਭੋਲਾ ਸਿੰਘ ਆ, ਇਹ ਘਰ ਦੇ ਵਿੱਚ ਹੀ ਆਪਦਾ ਸਵੇਰੇ ਚੁੱਲ੍ਹਾ ਚੌਂਕੇ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਇਹਦਾ ਹੀ ਇੱਕ ਲੜਕਾ ਸਤਵਿੰਦਰ ਸਿੰਘ ਨੇ ਅਤੇ ਇਹਨੂੰ ਲੂਣ ਘੋਟ ਨੇ ਅਤੇ ਕਹੀ ਦੇ ਵਾਰ ਕਰਕੇ ਬਹੁਤ ਡੂੰਘੇ ਵਾਰ ਕਰਕੇ ਇਹਨੂੰ ਮੌਤ ਦੇ ਘਾਟ ਉਤਾਰ ਦਿੱਤੇ। ਕਾਰਨ ਕੀ ਬਣਿਆ ਜੀ, ਮਾਰਨ ਦਾ ਕਾਰਨ ਕੀ ਬਣਿਆ? ਇਹ ਜਿਹੜਾ ਲੜਕਾ ਇਹ 2015 ਦੇ ਵਿੱਚ ਸਵੀਡਨ ਵੀ ਚਲਿਆ ਗਿਆ ਸੀ, ਸਵੀਡਨ ਤੋਂ ਆ ਪਿਛਲੇ ਮਹੀਨੇ 22-8-9 ਦੇ ਲਗਭਗ ਹੀ ਇਹ ਘਰ ਦੇ ਵਿੱਚ ਆਇਆ ਸੀ। ਇਹ ਕੁਛ ਸਨਕੀ ਸੁਭਾਅ ਦਾ ਕੁਛ ਸੀਗਾ, ਉਹਦੇ ਕਰਕੇ ਕਿਸੇ ਸਨਕੀ ਸੁਭਾਅ ਦੇ ਵਿੱਚ ਕੋਈ ਦਿਮਾਗ ਦੇ ਵਿੱਚ ਅਜਿਹੀ ਗੱਲ ਬੈਠ ਗਈ ਜਿਹਨੇ ਇਹਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ। ਕਿੰਨੇ ਵਾਰ ਕੀਤੇ ਜੀ? ਇਹਦੇ ਘੋਟਣਿਆਂ ਦੇ ਵਾਰ, ਕਹੀ ਦੇ ਸਿਰ ਦੇ ਵਿੱਚ, ਚਿਹਰੇ ਦੇ ਸੱਜੇ ਪਾਸੇ ਅਤੇ ਹੋਰ ਸਰੀਰ ਦੇ ਕਈ ਜਗ੍ਹਾ 'ਤੇ ਇਹਦੇ ਵਾਰ ਕੀਤੇ। ਦੋਸ਼ੀ ਦੀ ਗ੍ਰਿਫਤਾਰੀ ਹੋਈ? ਉਹ ਅਸੀਂ ਉਹ ਦੋਸ਼ੀ ਨੂੰ ਜਲਦੀ ਤੋਂ ਜਲਦੀ ਪੁਲਿਸ ਪਾਰਟੀਆਂ ਅਸੀਂ ਭੇਜ ਦਿੱਤੀਆਂ ਅਤੇ ਦੋਸ਼ੀ ਨੂੰ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਾਂਗੇ।
ਫ੍ਰੀ ਸੇਵਾ ਫ੍ਰੀ ਸਮਾਧਾਨ ਵਿਦੇਸ਼ ਚ ਬੈਠੇ ਕਿਉਂ ਹੋ ਪਰੇਸ਼ਾਨ ਤੰਤਰ ਮੰਤਰ ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਤਰਮਿੰਦਰਜੀਤ ਸਿੰਘ ਜੀ ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾ ਤੁੜਵਾਉਣਾ ਲਵ ਮੈਰਿਜ ਲਾਟਰੀ ਨੰਬਰ ਪੀ ਆਰ ਪ੍ਰੋਬਲਮ ਸੌਤਨ ਜਾ ਦੁਸ਼ਮਨ ਤੋਂ ਛੁਟਕਾਰਾ ਕਰਜ਼ਾ ਮੁਕਤੀ ਸੱਸ ਨੂੰ ਪਤੀ ਪਤਨੀ ਵਿੱਚ ਅਣਬਣ ਮਨ ਚਾਹਿਆ ਪਿਆਰ ਬੱਚੇ ਕਹਿਣੇ ਤੋਂ ਬਾਅਦ ਘਰ ਵਿੱਚ ਕਲੇਸ਼ ਤੁਹਾਡਾ ਕੋਈ ਭੈਣ ਭਰਾ ਪਤੀ ਪਤਨੀ ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਤਰਮਿੰਦਰਜੀਤ ਸਿੰਘ ਜੀ ਨਾਲ 9878484896